की दवाई नहीं मिल पा रही मेरे को, इसलिए मैं लगा रहा हूँ, वरना मैंने चिट्टा छोड़ दिया था, मैं दवाई खाने लगा था जी। ਤੁਹਾਡੇ ਬੰਦੇ ਕਹਿੰਦੇ ਡਾਕਟਰ ਸਾਹਿਬ ਨੇ ਬੰਦ ਕੀਤੀ ਹੈ। ਚਲੋ ਕਹਿ ਰਹੇ ਮੈਂ ਤਾਂ ਅਸੀਂ ਆਈਡੀ ਬੰਦ ਕੀਤੀ ਹੈ ਕਿਉਂਕਿ ਚਿੱਟਾ ਵੀ ਕਿ ਮਰ ਜਵੇ। ਇਹਦੀ ਟ੍ਰੀਟਮੈਂਟ ਕਦੀ ਵੀ ਬੰਦ ਨਹੀਂ ਕੀਤੀ ਗਈ ਕਿਉਂਕਿ ਟ੍ਰੀਟਮੈਂਟ ਬੰਦ ਕਰਨਾ ਇੱਕ ਡਾਕਟਰ ਦੇ ਡਾਕਟਰ ਦਾ ਕੰਮ ਹੀ ਨਹੀਂ ਹੈ। ਅਸੀਂ ਉੱਥੇ ਬੈਠੇ ਆ ਨਸ਼ਾ ਛੁਡਾਉਣ ਜੀ। ਜੇ ਅਸੀਂ ਉਹਨੂੰ ਟ੍ਰੀਟਮੈਂਟ ਹੀ ਨਹੀਂ ਦਵਾਂਗੇ ਕੱਲ ਨੂੰ ਉਹ ਨਸ਼ੇ ਲੈ ਕੇ ਕੱਲ ਨੂੰ ਉਹਨੂੰ ਕੁਝ ਹੁੰਦਾ ਹੈ ਤੇ ਉਹ ਚੀਜ਼ ਗਲਤ ਹੈ। ਉਹਦੀ ਓ ਪੀ ਡੀ ਸਲਿਪ ਕਢਾਓ, ਅੱਜ ਹੀ ਉਹ ਪੇਸ਼ੈਂਟ ਐਗਜ਼ਾਮਿਨ ਕੀਤਾ ਗਿਆ ਮੇਥੋਂ। ਲਾਸਟ ਟਾਈਮ ਜਦ ਆਇਆ ਸੀਗਾ ਪੇਸ਼ੈਂਟ ਨੂੰ ਮੈਂ ਐਡਮਿਸ਼ਨ ਦਾ ਐਡਵਾਈਸ ਕੀਤੀ, ਪੇਸ਼ੈਂਟ ਨੇ ਰਿਫਿਊਜ਼ ਕੀਤੀ ਅਤੇ ਮੋਸਟ ਲਾਈਕਲੀ ਆਪਾਂ ਪੇਸ਼ੈਂਟ ਨੂੰ ਜੋ ਟ੍ਰੀਟਮੈਂਟ ਡਾਕਟਰ ਨੇ ਦਿੱਤਾ ਉਹੀ ਆਪਾਂ ਕੰਟੀਨਿਊ ਕਰਨਾ ਹੈ। ਫਾਈਲ ਦੇ ਰੱਖੀ ਤੀ ਹਰਸਿਮਰਤ ਕੋ, ਮੈਂ ਆਪਣੇ ਹੱਥ ਸੇ ਦੇ ਕੇ ਆਇਆ, ਆਫਿਸ ਵਾਲੋਂ ਨੇ ਦਿਲਵਾਈ, ਫਿਰ ਕਹਾ ਉਨ੍ਹਾਂ ਕਿ ਵਾਪਸ ਫਾਈਲ ਲੈ ਆਓ। ਮੈਂ ਵਾਪਸ ਫਾਈਲ ਕੇ ਲੀਏ ਖੂਬ ਚੱਕਰ ਕਾਟ ਲੀਏ, ਆਜ ਵੀ ਗਿਆ, ਆਜ ਤੱਕ ਫਾਈਲ ਨਹੀਂ ਦੀ ਹੈ उसने हर सिमरत ने मेरी। इन्हें हॉस्पिटल दे विच अपनी डोज इनक्रीज करने लिए मिसबिहेव किया स्टाफ के नाल, इहदी जिहड़ी ओट की आई डी सी जिहड़ी जनरेट की जाती है वह बंद की गई। उस तो बाद इसने ये कंप्लेन की कि सानू ट्रीटमेंट नहीं मिलती। ਇੱਥੇ ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝਦੇ ਕਿ ਇਹਦੀ ਟ੍ਰੀਟਮੈਂਟ ਕਦੀ ਵੀ ਬੰਦ ਨਹੀਂ ਕੀਤੀ ਗਈ। ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ ਵਕੀਲ ਭਾਈਚਾਰੇ ਦੇ ਵੱਲੋਂ ਇੱਕ ਬੈਠਕ ਕੀਤੀ ਗਈ ਜਿੱਥੇ ਵਕੀਲ ਭਾਈਚਾਰੇ ਦੇ ਵੱਲੋਂ ਪੰਜਾਬ ਦੇ ਵਿੱਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦੇ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਜਿੱਥੇ ਵਕੀਲ ਭਾਈਚਾਰੇ ਨੇ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦੇ ਲਈ ਵਿਸ਼ੇਸ਼ ਮੁਹਿੰਮ ਰਾਸ਼ਟਰੀ ਵਿਕਾਸ ਮੰਚ ਪ੍ਰਧਾਨ ਵਕੀਲ ਗੁਰਿੰਦਰ ਸਿੰਘ ਸੂਦ ਦੀ ਅਗਵਾਈ ਦੇ ਹੇਠ ਸ਼ੁਰੂ ਕੀਤੀ, ਜਿੱਥੇ ਕਿ ਭਾਜਪਾ ਦੇ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਨੇ ਇਸ ਮੌਕੇ ਸ਼ਿਰਕਤ ਕਰਕੇ ਇਸ ਮੁਹਿੰਮ ਨੂੰ ਸ਼ਲਾਘਾਯੋਗ ਉਪਰਾਲਾ ਦੱਸਿਆ। ਜਿਵੇਂ ਤੁਸੀਂ ਕਹਿ ਰਹੇ ਨਸ਼ੇ ਨੂੰ, ਹੁਣ ਇਹ ਜਿਹੜਾ ਇੱਕ ਬੰਦਾ ਆਇਆ ਸੀ ਰੋਲਾ ਪਾ ਰਿਹਾ ਸੀ, ਉਹ ਕਹਿ ਰਿਹਾ ਸੀ ਮੈਨੂੰ ਸਿਵਲ ਹਸਪਤਾਲ 'ਚੋਂ ਹਜੇ ਤੱਕ ਦਵਾਈ ਨਹੀਂ ਮਿਲੀ ਜੋ ਕਿ ਦੁਆਰਤੀ ਚਿੱਟੇ 'ਤੇ ਲੱਗ ਗਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਮੈਂ ਦੱਸਦਾ ਸਰ, ਹੁਣੇ ਡਾਕਟਰ ਹਰਸਿਮਰਨ ਜੀ ਨੇ ਦੱਸਿਆ ਕਿ ਇਹਦੇ 'ਚ ਰਿਵੈਪਸ ਹੋ ਜਾਂਦਾ। ਸਰ ਨਹੀਂ, ਉਹ ਕਹਿ ਰਹੇ ਉਹ ਮੈਡੀਸਨ ਹੀ ਨਹੀਂ ਦੇ ਰਹੇ। ਸਰ ਬਿਲਕੁਲ ਮਿਲੂਗੀ ਸਰ, ਮੈਂ ਉਸ ਬੰਦੇ ਨੂੰ ਹੁਣ ਪਰਸਨਲੀ ਮਿਲੂੰਗਾ ਜੀ, ਔਰ ਉਹਨੂੰ ਮੈਂ ਰੈਫਰ ਕਰੂੰਗਾ ਡਾਕਟਰ ਹਰਸਿਮਰਨ ਜੀ ਕੋਲ ਜਾਵੇ। ਜੇ ਹੋ ਸਕਿਆ ਤਾਂ ਮੈਂ ਆਪਣਾ ਇੱਕ ਵਲੰਟੀਅਰ ਨਾਲ ਭੇਜੂੰਗਾ ਜੀ, ਜੇ ਉਹਨੂੰ ਲੋੜ ਹੋਏਗੀ ਤਾਂ ਉਹਦਾ ਓ ਪੀ ਡੀ 'ਚ ਕਰਵਾਇਆ ਜਾਏਗਾ, ਜੇ ਨਹੀਂ ਐਡਮਿਟ ਕਰਨ ਦਾ ਤਾਂ ਰਾਸ਼ਟਰੀ ਵਿਕਾਸ ਮੰਚ ਉਹਦੀ ਪਰਚੀ ਕਟਾਏਗਾ। ਉਹਦੇ 30 ਰੁਪਏ ਵੀ ਨਹੀਂ ਲੱਗਣ ਦੇਵਾਂਗੇ ਅਸੀਂ, ਉਹ 30 ਰੁਪਏ ਦੀ ਵੀ ਪਰਚੀ ਅਸੀਂ ਕਟਾ ਕੇ ਅਤੇ ਉਹਨੂੰ ਉੱਥੇ ਐਡਮਿਟ ਕਰਕੇ ਉਹਦਾ ਪ੍ਰੋਪਰ ਟ੍ਰੀਟਮੈਂਟ ਕੀਤਾ ਜਾਏਗਾ ਜੀ। ਸਰ ਜਿਹੜੀ ਜੀ ਵਾਲੀ ਟੈਬਲੇਟ ਹੈ ਉਹਨੂੰ ਕਿੰਨਾ ਕੁ ਸਹੀ ਸਮਝਦੇ ਹੋ? ਸਰ ਉਹਦੇ ਬਾਰੇ ਡਾਕਟਰ ਸਾਹਿਬ ਨੇ ਦੱਸਿਆ, ਉਹਦੇ 'ਚ ਮੈਂ ਰਿਕੁਐਸਟ ਕਰੂੰਗਾ ਕਿ ਮੈਡੀਕਲ ਐਕਸਪਰਟ ਇਸ ਦੇ ਬਾਰੇ, ਮੈਡੀਸਨ ਦੇ ਬਾਰੇ ਮੈਡੀਕਲ ਐਕਸਪਰਟ ਆਪਣੇ 'ਚ ਮੌਜੂਦ ਨੇ, ਡਾਕਟਰ ਹਰਸਿਮਰਨ ਜੀ ਵੀ ਨੇ, ਡਾਕਟਰ ਵਿਵੇਕ ਜੀ ਵੀ ਨੇ, ਡਾਕਟਰ ਰਾਹੁਲ ਜੀ ਵੀ ਨੇ। ਮੈਂ ਰਿਕੁਐਸਟ ਕਰੂੰ ਡਾਕਟਰ ਹਰਸਿਮਰਨ ਜੀ ਨੂੰ ਕਿ ਉਹ ਇਸ ਬਾਰੇ ਪ੍ਰੋਪਰ ਇੱਕ ਐਕਸਪਰਟ ਓਪੀਨੀਅਨ ਆਪ ਜੀ ਨੂੰ ਦੇ ਦੇਣਗੇ ਜੀ। ਇਹ ਇੱਕ ਪੇਸ਼ੈਂਟ ਆਪਣੇ ਕੋਲ ਆਉਂਦਾ ਸੀ, ਇਹਦੀ ਐਜ਼ ਪਰ ਜੋ ਇਹਦੀ ਨਸ਼ਾ ਸੀ ਉਸ ਤਰੀਕੇ ਨਾਲ ਅਸੀਂ ਇਹਦੀ ਟ੍ਰੀਟਮੈਂਟ ਸੈੱਟ ਕਰਤੀ, ਇਹਦੀ ਅਸੀਂ ਇਹਨੂੰ ਓਟ ਟ੍ਰੀਟਮੈਂਟ 'ਤੇ ਪਾ ਦਿੱਤਾ। ਜਿਵੇਂ ਕਿ ਤੁਹਾਨੂੰ ਡਾਕਟਰ ਵਿਵੇਕ ਨੇ ਹੁਣੇ ਦੱਸਿਆ ਸੀ ਕਿ ਜਦੋਂ ਅਸੀਂ ਕਿਸੇ ਪੇਸ਼ੈਂਟ ਨੂੰ ਕਿਸੇ ਵੀ ਟ੍ਰੀਟਮੈਂਟ 'ਤੇ ਪਾਉਂਦੇ ਹਾਂ ਉਹਦਾ ਕੁਝ ਟਾਈਮ ਪੀਰੀਅਡ ਜਿਹੜਾ ਹੁੰਦਾ ਉਸ ਟਾਈਮ ਦੇ ਵਿੱਚ ਅਸੀਂ ਉਹਦੀ ਡੋਜ਼ ਘਟਾ ਕੇ ਉਹਨੂੰ ਬੰਦ ਕਰਨਾ ਹੁੰਦਾ। ਜੇ ਇਨ ਕੇਸ ਉਹ ਉਸ ਟ੍ਰੀਟਮੈਂਟ 'ਤੇ ਸੈਟਲ ਨਹੀਂ ਹੋ ਰਿਹਾ ਤਾਂ ਅਸੀਂ ਉਹਦੇ ਕੋਲ, ਜਿਵੇਂ ਤੁਹਾਨੂੰ ਹੁਣੇ ਦੱਸਿਆ ਕਿ ਡੀਟੋਕਸੀਫਾਈ ਟ੍ਰੀਟਮੈਂਟਸ ਵੀ ਸਾਡੇ ਕੋਲ ਅਵੇਲੇਬਲ ਨੇ, ਅਸੀਂ ਉਹਨਾਂ ਨੂੰ ਉਸ ਟ੍ਰੀਟਮੈਂਟ 'ਤੇ ਦਿੱਤਾ ਜਾਂਦਾ। ਪੇਸ਼ੈਂਟਸ ਦੀ ਜਿਹੜੀ ਦਿੱਕਤ ਆਉਂਦੀ ਹੈਗੀ ਹੈ, ਜਿਵੇਂ ਆਪਾਂ ਹੁਣੇ ਡਿਸਕਸ ਕਰਕੇ ਹਟੇ ਸੀ ਕਿ ਪੇਸ਼ੈਂਟ ਚਾਹੁੰਦਾ ਕਿ ਜੋ ਅਸੀਂ ਕਹਿ ਰਹੇ ਹਾਂ ਉਸ ਤਰੀਕੇ ਨਾਲ ਦਵਾਈ ਦਿੱਤੀ ਜਾਵੇ। ਦਿਸ ਇਜ਼ ਅਗੇਨ ਕਿ ਇੱਕ ਮੈਡੀਕਲ ਟ੍ਰੀਟਮੈਂਟ ਦਾ ਪ੍ਰੋਟੋਕਾਲ ਹੈ ਕਿ ਪੇਸ਼ੈਂਟ ਕਿਹੜਾ ਨਸ਼ਾ ਲੈ ਰਿਹਾ ਹੈ, ਕਿੰਨੇ ਟਾਈਮ ਤੋਂ ਲੈ ਰਿਹਾ ਹੈ, ਉਹਦੀ ਡੋਜ਼ ਕਿਵੇਂ ਸੈੱਟ ਹੋਣੀ ਹੈ। ਜਿਹੜਾ ਇਹ ਪੇਸ਼ੈਂਟ ਹੈ ਇਹਨੂੰ ਟੈਬਲੇਟ ਬਿਪਰੀਨੋਰਫਿਨ 'ਤੇ ਪਾਇਆ ਗਿਆ ਸੀ, ਇਹਨੇ ਹੋਸਪਿਟਲ ਦੇ ਵਿੱਚ ਆਪਣੀ ਡੋਜ਼ ਇਨਕਰੀਜ਼ ਕਰਨ ਲਈ ਮਿਸਬਿਹੇਵ ਕੀਤਾ ਸਟਾਫ ਦੇ ਨਾਲ, ਇਹਦੀ ਜਿਹੜੀ ਓਟ ਦੀ ਆਈ ਡੀ ਸੀ ਜਿਹੜੀ ਜਨਰੇਟ ਕੀਤੀ ਜਾਂਦੀ ਉਹ ਬੰਦ ਕੀਤੀ ਗਈ। ਉਸ ਤੋਂ ਬਾਅਦ ਇਸਨੇ ਇਹ ਕੰਪਲੇਂਟ ਕੀਤੀ ਕਿ ਸਾਨੂੰ ਟ੍ਰੀਟਮੈਂਟ ਨਹੀਂ ਮਿਲ ਰਹੀ। ਇੱਥੇ ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਇਹਦੀ ਟ੍ਰੀਟਮੈਂਟ ਕਦੀ ਵੀ ਬੰਦ ਨਹੀਂ ਕੀਤੀ ਗਈ ਕਿਉਂਕਿ ਟ੍ਰੀਟਮੈਂਟ ਬੰਦ ਕਰਨਾ ਇੱਕ ਡਾਕਟਰ ਦੇ ਡਾਕਟਰ ਦਾ ਕੰਮ ਹੀ ਨਹੀਂ ਹੈ। ਅਸੀਂ ਉੱਥੇ ਬੈਠੇ ਹਾਂ ਨਸ਼ਾ ਛੁਡਾਉਣ ਨੂੰ, ਜੇ ਅਸੀਂ ਉਹਨੂੰ ਟ੍ਰੀਟਮੈਂਟ ਹੀ ਨਹੀਂ ਦੇਵਾਂਗੇ ਕੱਲ੍ਹ ਨੂੰ ਉਹ ਨਸ਼ੇ ਲੈ ਕੇ ਕੱਲ੍ਹ ਨੂੰ ਉਹਨੂੰ ਕੁਝ ਹੁੰਦਾ ਹੈ ਤਾਂ ਉਹ ਚੀਜ਼ ਗਲਤ ਹੈ।
ਉਸਦੇ ਕਾਰਡ ਦੇ ਨਹੀਂ ਉਹਦੀ ਯੈਲੋ ਕਾਰਡ ਉਹਦਾ ਤੁਹਾਨੂੰ ਲੋਕ ਕਹਿੰਦਾ ਮੈਨੂੰ ਮੈਡੀਸਨ ਹੀ ਨਹੀਂ ਮਿਲਦੀ ਜਦ ਉਹਦਾ ਉਹਦਾ ਤੁਹਾਨੂੰ ਉਸ ਦਿਨ ਵੀ ਦੱਸਿਆ ਗਿਆ ਸੀ ਉਹਦਾ ਯੈਲੋ ਕਾਰਡ ਨਿਕਲਵਾਓ ਅੱਜ ਵੀ ਆਇਆ ਅੱਜ ਵੀ ਆਇਆ ਉਹਨੂੰ ਟ੍ਰੀਟਮੈਂਟ ਦਿੱਤੀ ਗਈ ਜੀ ਅਗੇਨ ਦਾ ਥਿੰਕ ਇਜ਼ ਕਿ ਟ੍ਰੀਟਮੈਂਟ ਇਜ਼ ਗਿਵਨ ਬਾਈ ਦਾ ਡਾਕਟਰ ਐਜ਼ ਪਰ ਦਾ ਪ੍ਰੋਟੋਕਾਲ ਆਫ ਡਾਕਟਰਸ ਨਾਟ ਪਰ ਐਜ਼ ਪਰ ਦਾ ਪੇਸ਼ੈਂਟ ਦਿਸ ਇਜ਼ ਦਾ ਮੇਨ ਥਿੰਕ ਇਹੀ ਅਸੀਂ ਇਹਨਾਂ ਨੂੰ ਇਹ ਦੱਸ ਰਹੇ ਸੀ ਕਿ ਇੱਕ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਪੇਸ਼ੈਂਟ ਜੋ ਕਹਿ ਰਿਹਾ ਜੀ ਚਾਰ ਜਣੇ ਬੈਠੇ ਆ ਇੱਕ ਸ਼ਰਾਬ ਪੀ ਰਿਹਾ ਇੱਕ ਚਿੱਟਾ ਲੈ ਰਿਹਾ ਜੇ ਸ਼ਰਾਬ ਵਾਲਾ ਵੀ ਆ ਕੇ ਸਾਨੂੰ ਅੱਜ ਕਹਿ ਦੇ ਕਿ ਸਾਨੂੰ ਜੀਵ ਵਾਲੀ ਗੋਲੀ ਦੇ ਦਿਓ ਉਹਦੀ ਜੀਵ ਵਾਲੀ ਗੋਲੀ ਲੈ ਕੇ ਨਾਲ ਹੀ ਮਰ ਜਾਏਗਾ ਹੂ ਇਜ਼ ਰਿਸਪੋਂਸੀਬਲ ਫੋਰ ਦੈਟ ਮੈਡਮ ਲੇਕਿਨ ਮੈਡੀਸਨ ਤਾਂ ਉਹਨਾਂ ਨੂੰ ਕੋਈ ਤਾਂ ਮੈਂ ਅੱਜ ਠੀਕ ਹਾਂ ਅੱਜ ਪੇਸ਼ੈਂਟ 12 ਸਾਢੇ 12 ਵਜੇ ਸਿਵਲ ਹਸਪੀਟਲ ਆਇਆ ਸੀਗਾ ਬਕਾਇਦਾ ਮੈਂ ਦੇਖਿਆ ਹੋਇਆ ਡਾਕਟਰ ਹਰਸਿਮਰਨ ਵੀ ਸੀਗੀ ਉਹਦੀ ਓ ਪੀ ਡੀ ਸਲਿਪ ਕਢਾਓ ਅੱਜ ਹੀ ਉਹ ਪੇਸ਼ੈਂਟ ਐਗਜ਼ਾਮਿਨ ਕੀਤਾ ਗਿਆ ਮੇਥੋਂ ਲਾਸਟ ਟਾਈਮ ਜਦੋਂ ਆਇਆ ਸੀਗਾ ਪੇਸ਼ੈਂਟ ਨੂੰ ਮੈਂ ਐਡਮਿਸ਼ਨ ਦਾ ਐਡਵਾਈਸ ਕੀਤੀ ਪੇਸ਼ੈਂਟ ਨੇ ਰਿਫਿਊਜ਼ ਕੀਤੀ ਅਤੇ ਮੋਸਟ ਲਾਈਕਲੀ ਆਪਾਂ ਪੇਸ਼ੈਂਟ ਨੂੰ ਜੋ ਟ੍ਰੀਟਮੈਂਟ ਡਾਕਟਰ ਨੇ ਦਿੱਤਾ ਉਹੀ ਆਪਾਂ ਕੰਟੀਨਿਊ ਕਰਨਾ ਹੈ ਓਕੇ ਮੈਂ ਤੁਹਾਡੇ ਇਹ ਕਹਿਣਾ ਚਾਹੁੰਦਾ ਕਿ ਆਪਾਂ ਨਾ ਇਹ ਚੀਜ਼ ਗਲਤ ਨਾ ਰੂਮਰਸ ਫੈਲਾਈਆਂ ਕਿ ਸਿਵਲ ਹਸਪੀਟਲ 'ਚ ਪੇਸ਼ੈਂਟ ਨੂੰ ਮੈਡੀਸਨ ਨਹੀਂ ਮਿਲੀ ਅੱਜ ਸਾਢੇ 12 ਵਜੇ ਹੀ ਪੇਸ਼ੈਂਟ ਨਹੀਂ ਮੈਂ ਵੈਸੇ ਕਹਿ ਰਹੀ ਹਾਂ ਮੈਂ ਉਹੀ ਕਹਿ ਰਿਹਾ ਨਾ ਜੋ ਵੀ ਇਲਜ਼ਾਮ ਲੱਗ ਰਹੇ ਨੇ ਆਪਾਂ ਇਹ ਨਾ ਇੱਕ ਵਾਰ ਪੇਸ਼ੈਂਟ ਦੀ ਵੀ ਬਾਈਟ ਲਈ ਹੈ ਕਿ ਪੇਸ਼ੈਂਟ ਨੂੰ ਅੱਜ ਸਾਢੇ 12 ਵਜੇ ਮੈਡੀਸਨ ਮਿਲੀ ਹੈ ਸਿਵਲ ਹਸਪੀਟਲ 'ਚੋਂ ਜਾਂ ਨਹੀਂ ਠੀਕ ਹੈ ਇਸ ਚੀਜ਼ ਦੀ ਇੱਕ ਵਾਰ ਤੁਸੀਂ ਪੂਰਾ ਕਨਫਰਮ ਕਰੋ ਕਿ ਉਹਨੂੰ ਟ੍ਰੀਟਮੈਂਟ ਮਿਲ ਰਹੀ ਹੈ ਨਹੀਂ ਮਿਲ ਰਹੀ ਉਹਦਾ ਬਕਾਇਦਾ ਰਿਕਾਰਡ ਕਢਾਇਆ ਜਾ ਇੰਟਰਵਿਊ ਦਿੱਤੀ ਆ ਬਾਈਟ ਕੀਤੀ ਆ ਕਹਿੰਦਾ ਨਹੀਂ ਮਿਲ ਰਹੀ ਹੈਗੀ ਤੁਸੀਂ ਕਾਰਡ ਕਢਵਾਓ ਉਹਦਾ ਮੈਂ ਕੋਈ ਕਹਿ ਰਿਹਾ ਨਾ 12:30 ਵਜੇ ਨਾ ਪੇਸ਼ੈਂਟ ਦੇ ਕੋਲ ਕਾਰਡ ਕਢਵਾਓ ਸਰ ਇਹਨਾਂ ਦਾ ਵੀ ਬਣਿਆ ਹੋਇਆ ਹੈ ਹਾਂ ਠੀਕ ਇਹੀ ਅਸੀਂ ਹੁਣੇ ਤੁਹਾਨੂੰ ਦੱਸ ਰਹੇ ਸੀ ਹੈਨਾ ਕਿ ਪੇਸ਼ੈਂਟ ਦੇ ਅਕੋਰਡਿੰਗ ਟ੍ਰੀਟਮੈਂਟ ਨਹੀਂ ਪੋਸੀਬਲ ਡਾਕਟਰਸ ਦੇ ਅਕੋਰਡਿੰਗ ਟ੍ਰੀਟਮੈਂਟ ਹੋਏਗੀ ਨਾ ਮੇਰੇ ਡਾਕਟਰ ਵਿਵੇਕ ਪਰ ਉੱਥੇ ਹੀ ਇਸ ਮੀਟਿੰਗ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਚਿੱਟੇ ਦਾ ਮਰੀਜ਼ ਜੋ ਕਿ ਹਸਪਤਾਲ ਤੋਂ ਜੋ ਕਿ ਸਰਕਾਰੀ ਹਸਪਤਾਲ ਦੇ ਵਿੱਚੋਂ ਦਵਾਈ ਲੈਂਦਾ ਹੈ ਉਸ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਉਸ ਦਾ ਕਹਿਣਾ ਸੀ ਕਿ ਉਸ ਨੂੰ ਜੋ ਦਵਾਈ ਹੈ ਉਹ ਨਹੀਂ ਦਿੱਤੀ ਜਾ ਰਹੀ ਅਤੇ ਮਜਬੂਰਨ ਉਸ ਨੂੰ ਚਿੱਟਾ ਲਗਾਉਣਾ ਪੈ ਰਿਹਾ ਉਹ ਚਿੱਟੇ ਦੀ ਦਵਾਈ ਲੈਣਾ ਚਾਹੁੰਦਾ ਉਸ ਨੂੰ ਦਵਾਈ ਨਹੀਂ ਮਿਲ ਰਹੀ ਖੈਰ ਇਸ ਮੀਟਿੰਗ ਤੋਂ ਬਾਅਦ ਜਦੋਂ ਇਸ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਉਸ ਨੂੰ ਦਵਾਈ ਨਹੀਂ ਦਿੱਤੀ ਜਾ ਰਹੀ ਸੋ ਕਿੱਥੇ ਤਾਂ ਇਹਨਾਂ ਦੇ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਣਾ ਹੈ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰਨਾ ਹੈ ਪਰ ਉੱਥੇ ਹੀ ਇੱਕ ਮਰੀਜ਼ ਅਜਿਹਾ ਹੈ ਜੋ ਇਸ ਮੀਟਿੰਗ ਦੇ ਵਿੱਚ ਆ ਕੇ ਹੰਗਾਮਾ ਕਰਦਾ ਹੈ ਅਤੇ ਉਸ ਨੂੰ ਚਿੱਟਾ ਛੱਡਣ ਦੇ ਲਈ ਦਵਾਈ ਨਹੀਂ ਦਿੱਤੀ ਜਾ ਰਹੀ ਮੇਰਾ ਨਾਮ ਹੈ ਜੀ ਅਸਲਮ ਹਾਂਜੀ ਕੀ ਬਾਤ ਹੈ ਬਾਤ ਪਰ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਆਪਨੇ ਰੋਲਾ ਡਾਲਾ ਕਿ ਮੈਂ ਇਸ ਲਈ ਰੋਲਾ ਡਾਲਾ ਜੀ ਦੇਖੋ ਮੈਂ ਰੋਜ਼ ਦਵਾਈ ਕੇ ਲਈ ਜਾਤਾ ਹੂੰ ਆਜ ਵੀ ਮੈਂ ਗਿਆ ਐਸ ਐਮ ਓ ਆਫਿਸ ਮੈਂ ਵੀ ਗਿਆ ਔਰ ਵਹਾਂ ਦਫਤਰ ਮੈਂ ਵੀ ਆਪਣੀ ਐਪਲੀਕੇਸ਼ਨ ਦੇ ਕੇ ਆਊਂ ਕਿ ਜੀ ਮੇਰੀ ਦਵਾਈ ਦੀਜਾ 11/12/2022 ਕੋ ਮੈਂ ਦਵਾਈ ਲੈਣੇ ਕੇ ਲਈ ਗਿਆ ਤੋ ਇੱਕ ਪਰਚੀ ਪੇ ਦੋ ਬਾਰ ਦਵਾਈ ਦੇਤੇ ਇੱਕ ਪਰਚੀ ਪੇ ਤੋ ਆਈ ਡੀ ਉਸਕੇ ਉੱਪਰ ਲਿਖੀ ਹੋਤੀ ਹੈ ਮੈਨੇ ਪਰਚੀ ਦੇ ਦੀ ਜੀ ਵੋ ਥੋੜ੍ਹੀ ਦੇਰ ਤੱਕ ਦੇਖਣੇ ਲਗੇ ਦੇਖਣੇ ਕੇ ਬਾਅਦ ਮੈਂ ਕਹਿਣੇ ਲਗੇ ਕਿ ਆਧਾਰ ਕਾਰਡ ਦੋ ਤੋ ਸਰਦੀ ਕਾ ਟਾਈਮ ਮੈਂ ਦੇਖਣੇ ਲਗਾ ਢੂੰਢਣੇ ਲਗਾ ਤੋ ਇਤਨੇ ਮੈਂ ਕਿ ਬਾਹਰ ਨਿਕਲ ਮੈਨੇ ਕਿਹਾ ਜੀ ਬਾਹਰ ਕਿਉਂ ਨਿਕਲੂ ਅਗਰ ਮੈਂ ਬਾਹਰ ਨਿਕਲ ਗਿਆ ਤਾਂ ਪੀਛੇ ਵਾਲੇ ਥੋੜ੍ਹੀ ਮੁਝੇ ਲਗਨੇ ਦੇਂਗੇ ਕਿ ਬਾਹਰ ਨਿਕਲ ਮੈਨੇ ਕਿਹਾ ਬਾਹਰ ਨਹੀਂ ਨਿਕਲੂੰਗਾ ਪਹਿਲੇ ਮੁਝੇ ਦਵਾਈ ਦਿਓ ਮੈਂ ਦਵਾਈ ਕੇ ਲਈ ਕਹਿਣੇ ਲਗਾ ਜੀ ਇਤਨੇ ਉਹਨਾਂ ਅੰਦਰ ਸੇ ਫੋਨ ਕਰ ਦਿਆ 3-4 ਬੰਦੇ ਆਏ ਮੇਰੇ ਕੋਲ ਲੈ ਗਏ ਜਹਾਂ ਪਰਚੀ ਬਣਤੀ ਹੈ ਵਹਾਂ ਪਰਚੀ ਬਣਤੀ ਹੈ ਤੋ ਵਹਾਂ ਗੇਟ ਪਰ ਮੈਂ ਖੜਾ ਹੋ ਗਿਆ ਮੈਨੇ ਕਿ ਮੈਂ ਨਾ ਜਾ ਰਿਹਾ ਅੰਦਰ ਜ਼ਬਰਦਸਤ ਮੇਰਾ ਯੂੰ ਹੱਥ ਮੋੜਾ ਗਾਰਡ ਸਾਹਿਬ ਨੇ ਐਸੇ ਹੱਥ ਮੋੜ ਕੇ ਅੰਦਰ ਕੋ ਲੈ ਗਏ ਅੰਦਰ ਕੋ ਲੈ ਜਾ ਕੇ 5-6 ਬੰਦੇ ਮੇਰੇ ਪੇਟ ਦਵਾਈ ਮਿਲ ਰਹੀ ਹੈ ਨਹੀਂ ਮਿਲ ਰਹੀ ਜੀ ਮੈਂ ਚਾਹਤਾ ਹੂੰ ਜੀ ਮੇਰੀ ਮੁਝੇ ਦਵਾਈ ਮਿਲ ਜਾਏ ਜਿਸ ਸੇ ਕਿ ਮੈਂ ਚਿੱਟੇ ਸੇ ਇਸ ਸੇ ਬਾਹਰ ਨਿਕਲ ਜਾਊਂ ਇਸ ਦੁਨੀਆ ਸੇ ਬਾਹਰ ਨਿਕਲ ਜਾਊਂ ਆਪਣੇ ਘਰ ਪਰਿਵਾਰ ਕੋ ਦੇਖ ਹਾਂ ਜੀ ਚਿੱਟਾ ਲਗਾ ਰਹਾ ਹੂੰ ਜੀ ਮੈਂ ਇਹ ਚਿੱਟਾ ਲਗਾ ਰਹਾ ਹੂੰ ਜੀ ਮੈਂ ਬਹੁਤ ਬਰਬਾਦ ਹੋ ਗਿਆ ਇਸ ਚਿੱਟੇ ਸੇ ਜਨਾਬ ਮੇਰੀ ਮਦਦ ਕੀ ਜਾ ਹਾਂ ਜੀ ਦਵਾਈ ਨਹੀਂ ਮਿਲ ਪਾ ਰਹੀ ਮੇਰੇ ਕੋ ਇਸ ਲਈ ਮੈਂ ਲਗਾ ਰਹਾ ਹੂੰ ਵਰਨਾ ਮੈਂ ਚਿੱਟਾ ਛੋੜ ਦਿਆ ਥਾ ਮੈਂ ਦਵਾਈ ਖਾਣੇ ਲਗਾ ਥਾ ਜੀ ਦਵਾਈ ਮਿਲਣੇ ਲਗੀ ਮੈਂ ਡਾਕਟਰੋਂ ਕੇ ਸਭ ਕੇ ਹੱਥ ਜੋੜ ਲੀਏ ਸਭ ਕੁਛ ਕਰ ਲਿਆ ਲੇਕਿਨ ਨਹੀਂ ਮਾਨਤੇ ਉਹ ਕਹਤੇ ਕਿ ਨਹੀਂ ਇਹ ਤਾਂ ਐਸੇ ਹੋਗਾ ਵੋ ਤਾਂ ਫਾਈਲ ਦੇ ਰੱਖੀ ਤੀ ਹਰਸਿਮਰਤ ਕੋ ਮੈਂ ਆਪਣੇ ਹੱਥ ਸੇ ਦੇ ਕੇ ਆਇਆ ਆਫਿਸ ਵਾਲੋਂ ਨੇ ਦਿਲਵਾਈ ਫਿਰ ਕਹਾ ਉਹਨਾਂ ਨੇ ਕਿ ਵਾਪਸ ਫਾਈਲ ਲੈ ਆਓ ਮੈਂ ਵਾਪਸ ਫਾਈਲ ਕੇ ਲੀਏ ਖੂਬ ਚੱਕਰ ਕੱਟ ਲਈ ਅੱਜ ਵੀ ਗਿਆ ਅੱਜ ਤੱਕ ਫਾਈਲ ਨਹੀਂ ਦੀ ਹੈ ਉਸਨੇ ਹਰਸਿਮਰਤ ਨੇ ਮੇਰੀ ਮੰਗ ਇਹ ਹੈ ਕਿ ਮੇਰੀ ਦਵਾਈ ਚਾਲੂ ਕਰਾ ਦੀ ਜਾ ਪ੍ਰਾਈਮ ਮੁਦਲੀ ਲੁਧਿਆਣਾ ਤੋਂ ਮਨੋਜ ਕੁਮਾਰ ਹੀਰਾ ਦੇ ਨਾਲ ਕੈਮਰਾਮੈਨ ਰੋਹਿਤ ਕੁਮਾਰ ਦੀ ਰਿਪੋਰਟ